ਵੈਲਕਮ ਟੂ ਮਾਈ ਯੂਟਿਊਬ ਚੈਨਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਅੱਜ ਫਿਰ ਇੱਕ ਨਵੇਂ ਦਿਨ ਦੀ ਸ਼ੁਰੂਆਤ ਹੋ ਗਈ ਹੈ ਅਤੇ ਸ਼ੁਰੂਆਤ ਆਪਣੀ ਹੋਈ ਹੈ ਅੱਜ ਜੰਗਲ ਦੇ ਵਿੱਚ। ਇੱਧਰ ਦੇਖੋ ਤੁਸੀਂ ਬਾਂਦਰਾਂ ਦੀ ਸੈਨਾ। ਅਤੇ ਅੱਜ ਇੱਕ ਤੁਹਾਡੇ ਵਾਸਤੇ ਮੈਂ ਬਹੁਤ ਵਧੀਆ ਸਰਪ੍ਰਾਈਜ਼ ਲੈ ਕੇ ਆਇਆ। ਅਤੇ ਅੱਜ ਇੱਕ ਆਪਾਂ ਨਵੀਂ ਵੀਡੀਓ ਬਣਾਉਣ ਲੱਗੇ ਹਾਂ ਅਤੇ ਆਪਾਂ ਮੰਗਾਇਆ ਹੈ ਕਾਰ ਬੈੱਡ ਦੀ ਜੋ ਵੀ ਸਪੈਸੀਫਿਕੇਸ਼ਨ ਹੈ ਉਹ ਸਾਰਾ ਕੁਛ ਮੈਂ ਤੁਹਾਨੂੰ ਦੱਸਾਂਗਾ। ਅਤੇ ਆਪਾਂ ਅੱਜ ਕਰਦੇ ਹਾਂ ਇਹਨੂੰ ਅਨਬੋਕਸਿੰਗ। ਆ ਜਾਓ ਚਲੋ। ਦੋ ਤਾਂ ਪਿਲੋ ਮਿਲੇ ਆ, ਇਹ 2 ਪਿਲੋ ਹੈ। ਅਤੇ ਇੱਕ ਆਪਾਂ ਨੂੰ ਇਹ ਨੀਚੇ ਸਪੋਰਟ ਮਿਲਦੀ ਹੈ ਜਦੋਂ ਆਪਾਂ ਬੈੱਡ ਬਣਾਵਾਂਗੇ ਨਾ ਕਾਰ ਦੇ ਵਿੱਚ, ਇੱਕ ਸਪੋਰਟ ਹੁੰਦੀ ਲੱਗਦੀ ਨੀਚੇ, ਇੱਕ ਇਹ ਚੀਜ਼ ਮਿਲੀ ਹੈ। ਅਤੇ ਇਹ ਹੈਗਾ ਬੈੱਡ, ਦੇਖੋ ਇਹ ਬੈੱਡ ਹੈ। ਇਹ ਪੰਪ ਹੈ, ਇਹ ਕਾਰ ਦੇ ਥਰੂ ਹਵਾ ਭਰ ਹੋਏਗੀ। ਅਤੇ ਇਹ ਆਪਾਂ ਨੂੰ ਨੋਜ਼ਲ ਮਿਲਦੀ ਹੈ ਅਤੇ ਇਹਦੇ ਵਿੱਚ ਪੈਂਚਰ ਕਿੱਟ ਵੀ ਆਉਂਦੀ ਹੈ। ਚਲੋ ਇਹਦੇ 'ਚ ਹਵਾ ਭਰਦੇ ਹਾਂ, ਦਿਖਾਉਂਦਾ ਤੁਹਾਨੂੰ। ਇਹਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਆਪਾਂ ਏਅਰ ਪੰਪ ਚਲਾਉਣਾ ਹੈ ਨਾ, ਏਅਰ ਪੰਪ ਗੱਡੀ ਦਾ ਜਿਹੜਾ ਹੈਗਾ ਪੁਆਇੰਟ ਹੁੰਦਾ ਜਿੱਥੇ ਚਾਰਜਿੰਗ ਲੱਗਦਾ, ਇੱਥੇ ਆਪਾਂ ਲਾਵਾਂਗੇ ਇਹਨੂੰ। ਅਤੇ ਇਸ ਤੋਂ ਬਾਅਦ ਆਪਣੇ ਕੋਲ 3 ਨੋਜ਼ਲ ਹੈ, ਇਹ ਤੁਸੀਂ ਦੇਖ ਲਓ ਕਿਹੜੀ ਨੋਜ਼ਲ ਲੱਗੇਗੀ। ਆਪਾਂ ਸਭ ਤੋਂ ਛੋਟੀ ਨੋਜ਼ਲ ਲਾਉਂਦੇ ਹਾਂ ਇਹਨੂੰ, ਇਹ ਨੋਜ਼ਲ ਫਿੱਟ ਹੋ ਗਈ, ਠੀਕ ਹੈ ਜੀ। ਅਤੇ ਸਭ ਤੋਂ ਪਹਿਲਾਂ ਆਪਾਂ ਪਿੱਲੋ ਭਰਦੇ ਹਾਂ। ਇਹਦੇ ਵਿੱਚ ਆਹ ਏਅਰ ਪੰਪ ਦੇ ਵਿੱਚ ਸਵਿੱਚ ਲੱਗੀ ਹੋਈ ਹੈ, ਦੇਖੋ ਤੁਸੀਂ ਸਵਿੱਚ ਨੂੰ ਔਨ ਕਰੋਗੇ ਔਨ ਹੋ ਜਾਏਗਾ। ਜਿਹੜਾ ਮੇਨ ਪਾਰਟ ਆਪਣਾ ਬੈੱਡ ਦੀ, ਇਹਦੇ ਵਿੱਚ ਨੋਜ਼ਲ ਲੱਗੇਗੀ ਇਹ ਛੋਟੇ ਵਾਲੀ, ਅਤੇ ਇਹਨੂੰ ਭਰਦੇ ਹਾਂ ਆਪਾਂ। ਸੈਂਟਰ ਦਾ ਪਾਰਟ ਹੈ, ਇਹ ਆ ਗਿਆ ਆਪਣਾ ਬੈੱਡ। ਅਤੇ ਇਹ ਆ ਗਿਆ ਪਿੱਲੋ, ਮਤਲਬ ਦੋ ਦੋ ਬੰਦੇ ਐਡਜਸਟ ਹੋ ਸਕਦੇ ਇਹਦੇ ਵਿੱਚ।
ਇਹ ਦੇਖੋ ਹੁਣ ਮੈਂ ਤੁਹਾਨੂੰ ਪੈਕ ਵੀ ਲਓ ਜੀ ਪੈ ਕੇ ਦਿਖਾਉਣਾ ਨੇੜੇ ਆ ਜਾਓ ਘੱਟ ਦੁਬਾਰਾ ਘੱਟ ਦੇਖੋ ਜੀ ਮੈਂ ਹੁਣ ਤੁਹਾਨੂੰ ਇਹਦੇ ਵਿੱਚ ਲਿਟ ਕੇ ਵੀ ਦਿਖਾਉਣਾ ਪੈ ਕੇ ਦਿਖਾਉਣਾ ਦੇਖੋ ਤੁਸੀਂ ਬਹੁਤ ਜ਼ਬਰਦਸਤ ਚੀਜ਼ ਹੈ ਬਹੁਤ ਹੀ ਕੰਫਰਟੇਬਲ ਚੀਜ਼ ਹੈ ਅਤੇ ਦੇਖੋ ਪਿੱਲੋ ਵੀ ਇਹਦੇ ਥੱਲੇ ਹੈਗਾ ਅਤੇ ਲੌਂਗ ਰੂਟ 'ਤੇ ਜਾਣਾ ਹੋਵੇ ਸਭ ਤੋਂ ਬੈਸਟ ਚੀਜ਼ ਹੈ ਇਹ ਸਭ ਤੋਂ ਬੈਸਟ ਆਪਸ਼ਨ ਹੈ ਦੇਖੋ ਤੁਸੀਂ ਬਈ ਮੈਂ ਤੁਹਾਨੂੰ ਜਿਹੜਾ ਆਪਾਂ ਬੈੱਡ ਮੰਗਵਾਇਆ ਸੀਗਾ ਨਾ ਇਹ ਪੋਰਟੇਬਲ ਕਾਰ ਵਾਸਤੇ ਬੈੱਡ ਜਿਹੜਾ ਹੁਣੇ ਆਪਾਂ ਇਹਨੂੰ ਤੁਹਾਨੂੰ ਹਵਾ ਭਰ ਕੇ ਵੀ ਦਿਖਾਈ ਅਤੇ ਗੱਡੀ ਦੇ ਵਿੱਚ ਲਾ ਕੇ ਵੀ ਦਿਖਾਇਆ ਅਤੇ ਬਹੁਤ ਵਧੀਆ ਕੰਫਰਟੇਬਲ ਬਹੁਤ ਵਧੀਆ ਸਿਸਟਮ ਹੈ ਅਤੇ ਇੱਕ ਨੰਬਰ ਚੀਜ਼ ਹੈ ਤੁਸੀਂ ਇਹਨੂੰ ਟੈਂਟ ਦੇ ਵਿੱਚ ਵੀ ਲਾ ਸਕਦੇ ਹੋ ਗੱਡੀ ਵਿੱਚ ਤਾਂ ਤੁਸੀਂ ਆਉਂਦਾ ਤਾਂ ਇਹ ਗੱਡੀ ਵਾਸਤੇ ਹੀ ਹੈ ਬਾਕੀ ਇਹਨੂੰ ਤੁਸੀਂ ਦੂਸਰੀ ਤਰ੍ਹਾਂ ਵੀ ਯੂਜ਼ ਕਰ ਸਕਦੇ ਜਿਹੜਾ ਟੈਂਟ ਦੇ ਵਿੱਚ ਲਾਉਣਾ ਹੋਵੇ ਆਪਣੇ ਕੋਲ ਇੱਕ ਛੋਟਾ ਜਿਹਾ ਬੈੱਡ ਬਣਾਉਣਾ ਹੋਵੇ ਉਹਦੇ ਵਾਸਤੇ ਵੀ ਇਹ ਬਹੁਤ ਵਧੀਆ ਚੀਜ਼ ਹੈ ਅਤੇ ਇਹ ਬੈੱਡ ਆਪਾਂ ਨੂੰ ਮਿਲਿਆ 1780 ਰੁਪਏ ਦਾ ਅਤੇ ਆਪਾਂ ਇਹ ਔਨਲਾਈਨ ਮੰਗਾਇਆ ਤੁਸੀਂ ਇਹਦੀ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਆ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਲਿੰਕ ਪਾ ਦਾਂਗਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿਉਂਕਿ ਆਪਾਂ ਇੰਨੀ ਮਿਹਨਤ ਕਰ ਰਹੇ ਹਾਂ ਅਤੇ ਹੋਰ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਵਾਂਗੇ ਜਦ ਤੱਕ ਲਈ ਰੱਬ ਰਾਖਾ ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।